कि एहतशाम वारदात की प्लैनिंग किस तरह हुई। पहली बारी दोस्तों के नाल मूड कंज बनिया होया कि सी हालात की सी थोड़ा जहा कोई खुल के दस सर हालात बिल्कुल ठीक से मतलब केड़े घराने ना तल्लक है ताडा सैगल हो नहीं सर कौन हो मतलब रोकड़ी केड़ी केड़ी फैमिली है बिजनेसमैन फैमिली है कोई नहीं नहीं अच्छी माड़े लोग हो गरीब हो हाँ इतों गल करो ना फिर की होया उस तो बाद की होया किन्ने भैन भरा हो तुसी कला भरा की करदा सी पहले बात दा कॉल सेंटर दी जॉब कर रहा सी अच्छा उत्थे की होया कॉल सेंटर क्यों छड्या कोरोना लॉकडाउन दी वजह अच्छा कोरोना लॉकडाउन दी वजह तो उस तो बाद फिर रियान कदों दा दोस्त है काफी देर दा दोस्त आई तो भी तकरीबन 5 साल पहले दा 4 5 साल दा ठीक है केंज गल होई पहली बारी तेरी एदे नाल इस हवाले नाल क्योंकि पहले 4 5 साल पहले ते तू डकैतियां तेरे मुताबिक नहीं करदा सी केंज प्लान बनया मेरा एक दोस्त ही दुबई चला गया मेरा दोस्त ही ओरे थ्रू गैदरिंग हुई सी वो कौन सी दोस्त उस्मान उस्मान अच्छा उन्होंने की किया कुछ नहीं ओरे नाल आंदा सी मन मिलन आंदा सी ਤੁਹਾਡੇ ਥਰੂ ਇਹਨਾਂ ਗੱਪਸ਼ਪ ਸਟਾਰਟ ਹੋ ਗਈ ਗੱਪਸ਼ਪ ਸਟਾਰਟ ਹੋ ਗਈ ਉਸ ਤੋਂ ਬਾਅਦ ਇਹ ਵਾਰਦਾਤ ਜਿਹੜੀ ਹੁਣ ਹੋਈ ਹੈ ਪਲਾਨ ਬਣਿਆ ਕਿਹੜੀ ਵਾਰਦਾਤ ਹੁਣ ਹੋਈ ਪਿਛਲੇ ਦੀ ਵਾਰਦਾਤ ਉਹ ਹੁਣ ਤੇ ਨਹੀਂ ਹੋਈ ਉਹਨੂੰ ਤੇ 7 ਮਹੀਨੇ ਗੁਜ਼ਰ ਗਏ ਹਾਂਜੀ 7 ਮਹੀਨੇ ਪਹਿਲੇ 7 ਮਹੀਨੇ ਪਹਿਲੇ ਉਹ ਕੀ ਹੋਈ ਵਾਰਦਾਤ ਕੀ ਪਲਾਨ ਬਣਿਆ ਹਾਂ ਨੇ ਮੈਨੂੰ ਇਹਨੇ ਫੋਨ ਕੀਤਾ ਸੀ ਫੋਨ ਕਰਕੇ ਬੁਲਾਇਆ ਸੀ ਕਿ ਕੰਮ ਹੈਗਾ ਕੋਈ ਇਨਫੋਰਮੇਸ਼ਨ ਮਿਲੀ ਹੈ ਪੈਸੇ ਉੱਥੇ ਮਿਲਣਗੇ 7-8 ਲੱਖ ਰੁਪਏ ਤੇ ਉੱਥੇ ਚੱਲਨੇ ਆ ਵਾਰਦਾਤ ਕਰਨ ਅੱਛਾ ਮੈਂ ਇਹਨਾਂ ਦੇ ਨਾਲ ਉੱਥੇ ਚਲਾ ਗਿਆ ਉੱਥੇ ਜਾ ਕੇ ਅਸੀਂ ਵਾਰਦਾਤ ਕੀਤੀ ਵਾਰਦਾਤ ਕਰਕੇ ਬਾਹਰ ਨਿਕਲੇ ਹਾਂ ਤੇ ਬੰਦੇ ਨੇ ਮੁਜ਼ਾਮਤ ਕੀਤੀ ਕਿੰਨੇ ਬੰਦੇ ਸੀ ਦੁਕਾਨ ਦੇ ਵਿੱਚ ਇੱਕ ਹੀ ਬੰਦਾ ਸੀ ਇੱਕੋ ਹੀ ਬੰਦਾ ਸੀ ਤੁਸੀਂ ਕਿੰਨੇ ਸੀ ਦੋ ਜਣੇ ਤੂੰ ਤੇ ਰਿਆਨ ਅੱਛਾ ਫਿਰ ਅੰਦਰ ਪਹਿਲੇ ਕੌਣ ਬੜਿਆ ਮੈਂ ਅੱਛਾ ਅਸੀਂ ਇਕੱਠੇ ਮੈਂ ਬੜਿਆ ਮੇਰੇ ਪਿੱਛੇ ਆਇਆ ਆ ਗਿਆ ਠੀਕ ਹੈ ਦੋਨਾਂ ਕੋ ਪਿਸਤੌਲ ਸੀ ਨਹੀਂ ਹਾਂ ਤੇਰੇ ਕੋ ਸੀ ਅੱਛਾ ਤੂੰ ਜਾ ਕੇ ਉਹਨੂੰ ਯਰਗਮਾਲ ਬਣਾਇਆ ਹਾਂਜੀ ਫਿਰ ਉਸ ਤੋਂ ਬਾਅਦ ਅਸੀਂ ਪੈਸੇ ਲੈ ਕੇ ਬਾਹਰ ਆ ਗਏ ਪੈਸੇ ਲੈ ਕੇ ਅਸੀਂ ਬਾਹਰ ਨਿਕਲੇ ਹਾਂ ਨਿਕਲ ਕੇ ਤਾਂ ਜਾਣ ਲੱਗੇ ਉਹਨਾਂ ਨੇ ਪਿੱਛੋਂ ਆ ਕੇ ਬੰਦੇ ਨੇ ਰਾੜ ਮਾਰਿਆ ਤਿੰਨ ਮਾਰਿਆ ਅੱਛਾ ਉਹ ਕੌਣ ਬੰਦਾ ਸੀ ਮਕਤੂਲੀ ਹਾਂਜੀ ਅੱਛਾ ਉਹਨੇ ਮਾਰਿਆ ਇੱਕੋ ਹੀ ਬੰਦਾ ਸੀ ਦੁਕਾਨ ਤੇ ਠੀਕ ਹੈ ਫਿਰ ਜ਼ਮੀਨ ਤੇ ਗੋਲੀ ਚਲਾਈ ਸੀ ਉਹ ਗੋਲੀ ਉਹਰੇ ਵੱਲ ਨਹੀਂ ਚਲਾਈ ਨਾ ਇਰਾਦਾ ਤਾਂ ਉਹਨਾਂ ਦੀ ਮੁਖਾਲਫਤ ਸੀ ਨਾ ਦੁਸ਼ਮਣੀ ਸੀ ਸਾਡੀ ਉਹਨਾਂ ਨਾਲ ਡਕੈਤੀ ਕਰਨ ਗਏ ਸੀ ਹਾਂਜੀ ਜ਼ਮੀਨ ਤੇ ਗੋਲੀ ਚਲਾਈ ਹੈ ਬਾਹਰ ਨਿਕਲ ਕੇ ਉਹ ਵੀ ਵੈਪਨ ਖਰਾਬ ਸੀ ਆਪੀ ਦੂ ਵੈਪਨ ਦਾ ਤੇ ਉਹਦੀ ਤਾਂ ਸੀਸੀਟੀਵੀ ਫੁਟੇਜ ਹੈਗੀ ਹੈ ਤੂੰ ਤਾਂ ਸਿੱਧੀ ਗੋਲੀ ਮਾਰ ਰਿਹਾ ਹੈ ਸਰ ਨਹੀਂ ਵੀ ਸੀਸੀਟੀਵੀ ਫੁਟੇਜ ਤੁਸੀਂ ਚੈੱਕ ਕਰ ਸਕਦੇ ਹੋ ਕਿ ਵੈਪਨ ਦਾ ਮੂੰਹ ਨੀਚੇ ਅੱਛਾ ਠੀਕ ਹੈ ਨੀਚੇ ਕਰਕੇ ਗੋਲੀ ਚਲਾਈ ਹੈ ਫਾਇਰ ਸਲਿਪ ਹੋਇਆ ਕੀ ਹੋਇਆ ਔਰ ਮੈਨੂੰ ਇਕਦਮ ਨਹੀਂ ਉਹ ਬੰਦੇ ਦੀ ਡੈਥ ਹੋ ਗਈ ਲੇਕਿਨ ਮੈਂ ਕੋਈ ਇਰਾਦਾ ਤਾਂ ਨਹੀਂ ਤੇ ਉਹਨੂੰ ਮਰਡਰ ਕੀਤਾ ਠੀਕ ਹੈ ਉਸ ਤੋਂ ਬਾਅਦ ਕਤਲ ਕਰਨ ਤੋਂ ਬਾਅਦ ਕਿੱਥੇ ਗਏ ਅਸੀਂ ਚਲੇ ਗਏ ਸੀ ਉਸ ਤੋਂ ਬਾਅਦ ਆਪਣੇ ਘਰ ਚਲਾ ਗਿਆ ਸੀ ਮੈਂ ਆਪਣੇ ਕਿੰਨੇ ਪੈਸੇ ਲੁੱਟੇ 16000 ਰੁਪਈਆ ਅੱਛਾ ਉਹ ਪਹਿਲੀ ਵਾਰਦਾਤ ਸੀ ਹਾਂਜੀ ਤੇ ਉਹੀ ਇਖਤਤਾਮ ਹੈ ਉਸ ਤੋਂ ਬਾਅਦ ਕੋਈ ਜਾਂ ਉਹਦੇ ਤੋਂ ਪਹਿਲੇ ਕੋਈ ਵਾਰਦਾਤ ਨਹੀਂ ਕੀਤੀ ਨਹੀਂ ਸਰ ਇੱਕ ਵਾਰਦਾਤ ਦੇ ਵਿੱਚ ਬੰਦੇ ਨੂੰ ਜ਼ਖਮੀ ਕੀਤਾ ਸੀ ਭਗਵਾਨਪੁਰੇ ਮੈਂ ਕੋਈ ਵੀ ਸਰ ਵਾਰਦਾਤ ਨਹੀਂ ਕੀਤੀ ਮੁਗਲਪੁਰੇ ਕਿਤੇ ਕਿਸੇ ਬੰਦੇ ਨੂੰ ਕਿਸੇ ਵੀ ਸ਼ਹਿਰ ਦੇ ਕੋਨੇ 'ਚ ਜ਼ਖਮੀ ਕੀਤਾ ਹੋਵੇ ਲੜਾਈ ਝਗੜਾ ਹੋਇਆ ਸੀ ਇੱਥੇ ਨਸੀਰਾਬਾਦ ਉਹ ਵਾਰਦਾਤ 'ਚ ਕਨਵਰਟ ਹੋ ਗਿਆ ਸੀ 394 ਲੱਗ ਗਏ ਸੀ 94 ਦੀ ਕੀਤੀ ਬੰਦਾ ਜ਼ਖਮੀ ਦੀ ਉਹ ਕਹਿੰਦੇ ਲੜਾਈ ਝਗੜਾ ਹੋਇਆ ਸੀ ਉਹ ਲੜਾਈ ਝਗੜਾ ਸੀ ਮੇਰਾ ਦੋਸਤ ਸੀ ਦੁਬਈੋਂ ਆਇਆ ਸੀ ਅੱਛਾ ਉਹਦੇ ਨਾਲ ਮੈਂ ਗਿਆ ਸੀ ਅੱਛਾ ਉਹ ਮੈਨੂੰ ਲੈ ਕੇ ਗਿਆ ਸੀ ਉਹਦਾ ਮਾਮਲਾ ਸੀ ਲੜਾਈ ਝਗੜੇ ਦਾ ਉਸ ਤੋਂ ਬਾਅਦ ਉਹਦੇ 'ਚ ਚਲਾਨ ਹੋ ਕੇ ਉਹਨਾਂ ਨੇ ਜੇਲ੍ਹ ਭੇਜਤਾ ਸੀ ਸਾਨੂੰ ਨਸੀਰਾਬਾਦ ਥਾਣੇ ਨੇ ਅੱਛਾ ਅਸੀਂ ਥਾਣੇ ਨਸੀਰਾਬਾਦ ਚਲੇ ਗਏ ਪੁਲਿਸ ਨੇ ਜ਼ਿਆਦਤੀ ਕੀਤੀ ਤੁਹਾਡੇ ਨਾਲ ਲੜਾਈ ਝਗੜੇ ਨੂੰ ਡਕੈਤੀ ਦਾ ਰੰਗ ਦੇ ਦਿੱਤਾ ਨਹੀਂ ਨਹੀਂ ਕੀਤੀ ਮੁਦਈਆਂ ਨੇ ਉਹਨਾਂ ਨੇ ਕਰਵਾਈ ਸੀ ਮੁਦਈਆਂ ਨੇ ਕਰਾਈ ਤੇ ਪੁਲਿਸ ਨੇ ਵੀ ਤੇ ਕੀਤੀ ਨਾ ਲੜਾਈ ਝਗੜੇ ਨੂੰ ਡਕੈਤੀ ਕੌਣ ਬਣਾਉਂਦਾ ਉਹਨਾਂ ਨੇ ਸਰ ਐਫਆਈਆਰ ਹੀ ਉਸਾਂ ਜਿਹਨ ਕੋ ਉਹਨਾਂ ਦੀ ਦੁਕਾਨ ਸੀ ਨਾਲ ਹੀ ਉਹਨਾਂ ਦਾ ਘਰ ਸੀ ਉਹ ਲੜਾਈ ਝਗੜੇ 'ਚ ਕਿੰਨੇ ਲੋਕ ਸੀ ਤੁਸੀਂ ਅਸੀਂ ਉਹਦੇ 'ਚ ਗਏ ਸੀ ਤਿੰਨ ਤਿੰਨ ਲੋਕ ਸੀ ਕੀ ਕਰਨ ਗਏ ਸੀ ਲੜਾਈ ਝਗੜਾ ਕਹਿੰਦੇ ਕੀਤਾ ਸੀ ਵੈਸੋ ਮੋਬਾਈਲ ਸਾਹ ਆਪਸ 'ਚ ਹੋ ਰਿਹਾ ਸੀ ਬਸ ਤੇ ਇਹਦੇ 'ਚ ਹੀ ਪੁਲਿਸ ਫੜ ਕੇ ਲੈ ਗਈ ਨਹੀਂ ਸਰ ਉਹ ਮੌਕੇ ਤੇ ਸਾਡਾ ਗੋਲੀ ਚੱਲੀ ਹੈ ਅੱਛਾ ਗੈਂਗਸਟਰ ਹੈ ਤੂੰ ਸ਼ੁਰੂ ਤੋਂ ਅਸਲ 'ਚ ਗੈਂਗਸਟਰ ਨੇ ਡਾਕੂ ਬਾਅਦ 'ਚ ਬਣੇ ਨਹੀਂ ਨਾ ਸਰ ਗੈਂਗਸਟਰ ਨਾ ਕੁਛਾਂ ਕਿ ਪਿਸਤੌਲ ਕਿੱਥੋਂ ਲਿੱਤੇ ਪਿਸਤੌਲ ਸਰ ਮੈਨੂੰ ਪਹਿਲੇ ਵਕੀਲਾਂ ਨੇ ਗੋਲੀਆਂ ਮਾਰੀਆਂ ਹੋਈਆਂ ਸੀ ਮੇਰੀ ਮੁਖਾਲਫਤ ਸੀ ਤਾਂ ਮੈਨੂੰ ਆਪ ਫਾਇਰ ਲੱਗੇ ਵਕੀਲਾਂ ਨੇ ਗੋਲੀਆਂ ਮਾਰੀ ਕਿਉਂ ਵੈਸੋ ਮੋਬਾਈਲ ਸਾਹ ਉਹਨਾਂ ਨਾਲ ਹੋਇਆ ਸੀ ਕਿਉਂ ਵੈਸੋ ਮੋਬਾਈਲ ਸਾਹ ਕਿਉਂ ਹੁੰਦਾ ਤੇਰਾ ਦੁਕਾਨ ਤੇ ਵੀ ਹੋ ਜਾਂਦਾ ਹੈ ਇੱਧਰ ਵੀ ਹੋ ਜਾਂਦਾ ਹੈ ਗੋਲੀ ਵੀ ਚਲਾ ਦਿੰਦਾ ਹੈ ਕਿਉਂ ਹੋਇਆ ਸੀ ਬਸ ਕੁਛ ਹੀ ਹੋਇਆ ਸੀ ਫੇਰ ਵੀ ਕੋਈ ਵਜ੍ਹਾ ਤੇ ਹੁੰਦੀ ਉਹਦੇ ਪਿੱਛੇ ਨਹੀਂ ਸਰ ਕੋਈ ਗੱਲ ਨਹੀਂ ਸਰ ਅੱਛਾ ਵਕੀਲਾਂ ਨੇ ਤੈਨੂੰ ਗੋਲੀਆਂ ਮਾਰੀਆਂ ਫੇਰ ਤੂੰ ਪਿਸਤੌਲ ਲੈ ਲਿਆ ਹਾਂਜੀ ਫੇਰ ਤੂੰ ਵਕੀਲਾਂ ਨੂੰ ਮਾਰੀਆਂ ਗੋਲੀਆਂ ਨਹੀਂ ਤੇ ਕਿਹਦੇ ਹੱਥੇ ਲਿੱਤਾ ਸੀ ਆਮ ਬੰਦਿਆਂ ਨੂੰ ਕਤਲ ਕਰਤਾ ਨਹੀਂ ਸਰ ਉਹ ਸੁਲਾਹ ਹੋ ਗਈ ਸੀ ਉਹ ਮਿਸ ਅੰਡਰਸਟੈਂਡਿੰਗ ਸੀ ਉਸ ਵਜ੍ਹਾ ਤੋਂ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਸੀ ਤੇ ਉਸ ਤੋਂ ਬਾਅਦ ਅਲੇ ਇਲਾਕੇ ਨੇ ਸਾਡੀ ਸੁਲਾਹ ਕਰਾ ਰਹਿਣ ਵਾਲਾ ਕਿੱਥੋਂ ਦਾ ਇਤਸ਼ਾਮ ਤੋਂ ਲਾਹੌਰ ਲਾਹੌਰ ਕਿਹੜੀ ਜਗ੍ਹਾ ਦਾ ਸਦਰ ਸਦਰ ਦਾ ਸ਼ੁਰੂ ਤੋਂ ਉੱਥੇ ਦਾ ਰਹਿਣ ਵਾਲਾ ਪਹਿਲੇ ਵਾਲਟਨ ਰਿਹਾ ਸੀ ਵਾਲਟਨ ਰਿਹਾ ਸੀ ਕਿੰਨੇ ਮੁਕੱਦਮਾ ਅੱਜ ਤੱਕ ਦਰਜ ਹੋਏ ਤੇ 3-4 ਸਿਰਫ ਹਾਂਜੀ
ਡਕੈਤੀ ਦੇ ਤੇ ਕਹਿੰਦੇ ਦਰਜੂ ਨਾ ਮੁਕਦਮਾ ਤੇਰੇ ਉੱਤੇ ਦਰਜ ਹੈ ਦਰਜੂ ਮੁਕਦਮਾ ਨਹੀਂ ਨੇ ਹਮ ਚਲਾਣਾ ਝੂਠ ਬੋਲਦੀ ਹੈ ਪੁਲਿਸ ਨਹੀਂ ਸਰ ਪੁਲਿਸ ਨੇ ਝੂਠ ਬੋਲੀ ਪੁਲਿਸ ਨੇ ਤੇ ਅੱਛਾ ਗਾਈਡ ਕੀਤਾ ਸਮਸਿਲੇ ਦੇ ਮਾਰੇ ਟਾਈਮ ਨੇ ਅੱਛਾ ਗਾਈਡ ਕੀਤਾ ਠੀਕ ਤਰੀਕੇ ਨਾਲ ਕੀਤਾ ਤੇ ਫਿਰ ਉਹ ਤੇ ਕਹਿੰਦੇ ਉਹਨਾਂ ਦੀ ਵੀ ਤੇ ਗੱਲ ਮੰਨੀ ਹੈ ਤੇਰੀ ਮੰਨੀ ਨਹੀਂ ਸਰ ਉਹ ਸਹੀ ਕਹਿ ਜਿਹੜਾ ਹੁਣ ਮੁਕਦਮਾ ਨੇ ਉਹ ਤੇ ਜ਼ਾਹਰ ਜੀ ਗੱਲ ਸਰ ਅਗਰ ਕੀਤੀ ਅਸੀਂ ਵਾਰਦਾਤ ਕੀਤੀ ਇੱਕ ਦੇ ਨਾਲ ਅਸੀਂ ਤਾਂ ਕਹਾਂਗੇ ਅਸੀਂ ਇੱਕੀ ਕੀਤੀ ਪੁਲਿਸ ਨੇ ਤਾਂ ਆਪਣੀ ਕਾਰਗਰਦਗੀ ਕਰਨੀ ਉਹ ਜਿਹੜਾ ਬੰਦਾ ਮਰਿਆ ਪਤਾ ਉਹਦੇ ਦੋ ਬੱਚੇ ਸੀ ਸਰ ਮੈਂ ਉਹ ਬਹੁਤ ਵੱਡੀ ਜ਼ਿਆਦਾ ਕੀਤੀ ਤੇ ਮੈਂ ਇਰਾਦਾ ਤਾਂ ਜ਼ਿਆਦਾ ਨਹੀਂ ਕੀਤੀ ਉਹਦੇ ਲਈ ਤਾਂ ਪੁਲਿਸ ਮੈਨੂੰ ਮਾਰ ਵੀ ਦੇ ਤਾਂ ਮੈਨੂੰ ਉੱਲਾ ਜਾਂਦਾ ਔਰ ਆਪਣੀ ਦੁੱਖ ਦੁੱਖ ਕੋਈ ਨਹੀਂ ਹੈ ਨਾ ਇਹ ਇਹ ਤੇਰਾ ਹੌਸਲਾ ਹੋਣਾ ਚਾਹੀਦਾ ਹੈ ਕੋਈ ਦੁੱਖ ਇੱਕ ਅੱਛੀ ਗੱਲ ਕੀਤੀ ਉਹਦੇ ਲਈ ਮੈਂ ਆਪ ਰਜ਼ਾਮੰਦਾ ਰਜ਼ਾਮੰਦਾ ਬਿਲਕੁਲ ਉਹਨਾਂ ਨੇ ਬਹੁਤ ਵੱਡੀ ਜ਼ਿਆਦਾ ਕੀਤੀ ਲੇਕਿਨ ਮੇਰੀ ਉਹਨਾਂ ਕੋਈ ਮੁਖਾਲਫਤ ਨਹੀਂ ਸੀ ਕੋਈ ਜ਼ਾਤੀ ਦਾਵਤ ਨਹੀਂ ਸੀ ਸਜ਼ਾ ਕੀ ਹੋਣੀ ਚਾਹੀਦੀ ਉਂਝ ਕਾਨੂੰਨ ਦੇ ਮੁਤਾਬਕ ਪੁਲਿਸ ਨੀ ਮਾਰਦੀ ਤੇ ਜੋ ਮਰਜ਼ੀ ਸਜ਼ਾ ਦੇ ਮਨ ਕਾਨੂੰਨ ਦੀ ਸਜ਼ਾ ਨਾਲ ਮਕਸਦ ਹੀ ਕੋਈ ਨਹੀਂ ਚਾਹੇ 25 ਸਾਲ ਕਰੇ ਚਾਹੇ ਸਜ਼ਾ ਮੌਤ ਕਰੇ ਚਾਹੇ ਜੋ ਕਰੇ ਚਾਹੇ ਮੈਂ ਸੁਬਹ ਹੀ ਨਿਕਲ ਜਾਵਾਂ ਇਸ ਬੇਲ ਚ ਬੇਲ ਕਰਾ ਲਾ ਤੇ ਨਿਕਲ ਜਾਏਗਾ ਸਰ ਨਿਕਲ ਜਾਵਾਂ ਵੀ ਲੇਕਿਨ ਜਿਨ੍ਹਾਂ ਦਾ ਬੱਚਾ ਗਿਆ ਮੈਂ ਉਹਨਾਂ ਦੀ ਬਦਦੁਆਵਾਂ ਆਵਾਂ ਤੋਂ ਨਹੀਂ ਨਿਕਲ ਸਕਦਾ ਉਹਦੇ ਤੋਂ ਪਹਿਲੇ ਵੀ ਇੰਝ ਸੋਚਦਾ ਸੀ ਇਨਸਾਨੀਅਤ ਦੇ ਬਾਰੇ ਅਸੀਂ ਸੋਚ ਹੀ ਸੀ ਇਰਾਦਾ ਤਾਂ ਕੀਤਾ ਨੀ ਨਾ ਕੋਈ ਐਸੇ ਰਿਕਾਰਡ ਨੇ ਨਾ ਕੋਈ ਗੈਂਗਸਟਰ ਹੈ ਗਿਆ ਨਾ ਕੋਈ ਬੰਦੇ ਮਰਡਰ ਕੀਤੇ ਨੇ ਸਿਰਫ ਪਹਿਲਾ ਪਹਿਲਾ ਵਕੂਆ ਸੀ ਲਾਲਚ ਆ ਕੇ ਜਾ ਕੇ ਗਲਤੀ ਕਰ ਲਈ ਅੱਛਾ ਉਹਦਾ ਪੈਸੇ ਕਿੰਨੇ ਗਏ ਸੀ ਪੈਸੇ ਉਹ ਜਿਹੜੇ ਲੁੱਟੇ ਸਿਰਫ 16 ਦਾ ਤੇ ਅੱਧੇ ਅੱਧੇ ਕਿਤੇ ਦੋਨਾਂ ਨੇ ਤੇ ਇਹ ਤੇ ਕਹਿੰਦੇ 2 ਲੱਖ ਰੁਪਇਆ ਸੀ ਉੱਥੇ ਸਟੋਰ ਦੇ ਵਿੱਚ ਇਨਫੋਰਮੇਸ਼ਨ ਕੀ ਸੀ ਤੁਹਾਡੇ ਕੋਲ ਕਿੰਨੇ ਪੈਸੇ 7-8 ਲੱਖ ਦੀ ਸੀ ਨਾ ਐਵੇਂ ਜਾਨ ਜੋਖਮ ਦੇ ਪਾ ਕੇ ਤੇ ਗੋਲੀ ਮੂੰਹ 'ਚ ਚੜਾ ਕੇ ਗਿਆ ਸੀ ਪਹਿਲੀ ਚੈਂਬਰ ਮਾਰਿਆ ਚੈਂਬਰ ਉੱਥੇ ਹੀ ਵੱਜਿਆ ਸੀ ਉੱਥੇ ਹੀ ਵੱਜਿਆ ਸੀ ਉੱਥੇ ਹੀ ਗੋਲੀ ਚਲਾਈ ਸਹੀ ਸਹੀ ਅੱਛਾ ਰਿਆਨ ਤੂੰ ਦੱਸ ਕੀ ਹੋਇਆ ਕੀ ਸੀ ਕਹਿੰਦੇ ਮੁਲਾਕਾਤ ਹੋਈ ਤੇਰੀ ਇਸ ਸ਼ਾਮ ਦੇ ਨਾਲ ਉਸਮਾਨ ਦੋ ਸੀ ਉਹ ਜਿਹੜਾ ਭਾਈ ਨੇ ਕਿਹਾ ਕਿ ਦੁਬਈ ਚਲਾ ਗਿਆ ਅੱਛਾ ਉਹਨੇ ਉਹ ਸਾਰਾ ਮਹੱਲੇ ਨਾਲ ਸੀ ਅੱਛਾ ਠੀਕ ਹੈ ਉਹਨਾਂ ਨਾਲ ਭਾਈ ਦੀ ਹੈਗੀ ਸੀ ਹਲੋ ਭਾਈ ਅੱਛਾ ਤੇ ਮੈਂ ਆਪਣਾ ਮਹੱਲੇ 'ਚ ਘੁੰਮਦਾ ਫਿਰਦਾ ਸਾਂ ਤੂੰ ਕਿੱਥੇ ਰਹਿਣਾ ਵਾਲਟਨ ਮੈਂ ਵੀ ਅੱਛਾ ਵਾਲਟਨ ਮੈਂ ਤੇ ਮੈਂ ਸ਼ੁਕਰ ਵਾਲਾ ਖੇਡਦਾ ਸੀ ਜਦੋਂ ਭਾਈ ਵੀ ਉੱਥੇ ਬੰਦੇ 'ਚ ਖੋਕੇ ਤੇ ਉੱਥੇ ਭਾਈ ਜਾਂਦੇ ਜਾਂਦੇ ਜਦੋਂ ਸਲਾਮਦ ਹੋਈ ਸੀ ਮੇਰੀ ਉੱਥੇ ਫਿਰ ਉਸ ਤੋਂ ਬਾਅਦ ਮੈਂ ਲੱਗ ਗਿਆ ਵਾਲਟਨ ਕਚਹਿਰੀ ਦੇ ਵਿੱਚ ਵਕੀਲਾਂ ਦੇ ਕੋਲ ਅੱਛਾ ਫਿਰ ਮੈਂ ਉੱਥੇ ਕੰਮ ਕਰਨ ਲੱਗ ਪਿਆ ਤੇ ਉਹ ਵੀ ਉੱਥੇ ਕੰਮ ਕਰਦਾ ਸੀ ਉਹ ਵੀ ਕਰਦਾ ਸੀ ਉਹ ਚਲਾ ਗਿਆ ਬਾਹਰ ਉਹਨੇ ਫਿਰ ਮੈਨੂੰ ਉੱਥੇ ਲਵਾਤਾ ਆਪਣੀ ਜਗ੍ਹਾ ਤੇ ਅੱਛਾ ਉਹਨੇ ਲਵਾਤਾ ਤੇ ਫਿਰ ਉੱਥੇ ਵੀ ਇੰਨਾ ਆਹਾਂ ਜਾਂ ਸੀ ਫਿਰ ਉੱਥੇ ਸਲਾਮ ਦਾ ਧੜੀ ਬਣ ਜਾਏਗੀ ਮਤਲਬ ਕਿ ਠੀਕ ਹੈ ਕਿ ਘੁੰਮ ਫਿਰ ਨਹੀਂ ਸੀ ਤੇ ਸਲਾਮ ਦਾ ਹੈਗੀ ਸੀ ਉਹ ਕੋਈ ਗੱਲਬਾਤ ਨਹੀਂ ਸੀ ਸਾਡੀ ਠੀਕ ਹੈ ਫਿਰ ਉਸ ਤੋਂ ਬਾਅਦ ਸਾਡਾ ਸਾਰੇ ਇੱਕ ਬੰਦੇ ਨੇ ਸਾਨੂੰ ਰਜਾਈ ਦਿੱਤੀ ਸੀ ਉਸ ਕੰਮ ਦੀ ਠੀਕ ਹੈ ਰਜਾਈ ਦਾ ਮਤਲਬ ਕਿ ਉਹਨੇ ਫੋਨ ਕਰਕੇ ਕਿਹਾ ਸੀ ਅਸਲ ਦਾ ਕੰਮ ਹੈਗਾ ਠੀਕ ਹੈ ਉਹਨੇ ਸਾਨੂੰ ਕਿਹਾ ਸੀ 8 ਲੱਖ ਰੁਪਇਆ ਦਾ ਠੀਕ ਹੈ ਤੇ ਫਿਰ ਮੈਂ ਉਹਨੂੰ ਫੋਨ ਕਰਕੇ ਬੁਲਾਇਆ ਸੀ ਕਿ ਭਈਆ ਕੰਮ ਤੇ ਆਇਆ ਚਲੀ ਗਏ ਠੀਕ ਹੈ ਫਿਰ ਅਸੀਂ ਦੋਨੋਂ ਗਏ ਹਾਂ ਉੱਥੇ ਕੰਮ ਕਰਨ ਵਾਸਤੇ ਕਿੰਜ ਕੇ ਮੋਟਰਸਾਈਕਲ ਤੇ ਗਏ ਸੀ ਜੀ ਸਰ ਕਿਹਦੀ ਸੀ ਮੋਟਰਸਾਈਕਲ ਮੋਟਰਸਾਈਕਲ ਤੇ ਕਰੀ ਸਰ ਕਿਸੇ ਦੀ ਲਈ ਸੀ ਅੱਛਾ ਕਿਸੇ ਦੀ ਲਈ ਜੀ ਸਰ ਫਿਰ ਮੋਟਰਸਾਈਕਲ ਤੇ ਗਏ ਹਾਂ ਉੱਥੇ ਮੈਂ ਮੋਟਰਸਾਈਕਲ ਤੇ ਬੈਠਾ ਭਈ ਅੰਦਰ ਗਏ ਨੇ ਅੰਦਰ ਜਾ ਕੇ ਦੁਕਾਨਾਂ ਨੂੰ ਸਿੱਧਾ ਕੀਤਾ ਮੈਂ ਵੀ ਨਾਲ ਗਿਆ ਵਾਂ ਫਿਰ ਪੈਸੇ ਲੈਣ ਮੈਂ ਬਾਹਰ ਮੋਟਰਸਾਈਕਲ ਲਿਆ ਕੇ ਬੈਗ ਕਿੰਨੇ ਪੈਸੇ ਸੀ ਉਸ ਹਿਸਾਬ ਨਹੀਂ ਗਿਣੇ ਇੱਥੇ ਆਏ ਗਿਣੇ ਸੀ ਤੇ 16,000 ਰੁਪਇਆ ਸੀ 15,000-16,000 ਬਸ ਜੀ ਸਰ ਅੱਛਾ ਇਨਫੋਰਮੇਸ਼ਨ ਹੈਗੀ ਸੀ 8 ਲੱਖ ਜੀ ਸਰ ਅੱਛਾ ਫਿਰ ਤੇ ਫਿਰ ਅਸੀਂ ਮੈਂ ਮੋਟਰਸਾਈਕਲ ਤੇ ਬਹਿ ਗਿਆ ਇਹ ਬਈ ਮੋਟਰਸਾਈਕਲ ਤੇ ਬਹਿਣ ਲੱਗੇ ਨੇ ਉਹਨੇ ਆ ਕੇ ਪਿੱਛੋਂ ਰਾੜ ਮਾਰਿਆ ਬਈ ਤੇ ਅੱਛਾ ਰਾੜ ਮਾਰਿਆ ਛੱਤੀ ਦੀ ਰਾਤ ਗੰਦ ਮਾਰ ਅੱਛਾ ਭਾਈ ਨੇ ਇੰਨੀ ਦੋਸਤੀ ਨਹੀਂ ਸੀ ਵਾਰਦਾਤ ਵਾਸਤੇ ਹੀ ਪਲਾਨ ਬਣਾ ਦੋਨਾਂ ਨੇ ਬਣਾਇਆ ਮਤਲਬ ਇਹ ਪਤਾ ਸੀ ਭਾਈ ਦਲੇਰ ਹੈਗਾ ਦਲੇਰ ਹੈ ਫਿਰਦੇ ਨਹੀਂ ਸੀ ਅਸੀਂ ਹਾਂ ਬਹਾਦਰ ਹੈਗਾ ਇਹ ਪਤਾ ਸੀ ਪੈਸੇ ਚਾਹੀਦੇ ਸੀ ਉਸ ਟਾਈਮ ਪੈਸੇ ਕੀ ਕਰਨੇ ਸੀ ਚਾਹੀਦੇ ਸੀ ਸਰ ਫੇਰ ਵੀ ਦੱਸਦੇ ਸੀ ਕੀ ਕਰਨੇ ਸੀ ਕੁਛ ਨਹੀਂ ਸਰ ਵੈਸੇ ਹੁਣ ਤੇ ਦੱਸਦੇ ਹੁਣ ਤੇ ਤੁਹਾਡੇ ਕੋਲ ਐਡਾ ਵੱਡਾ ਕੰਮ ਹੋ ਗਿਆ ਕੀ ਕੀ ਕਰਨੇ ਸੀ ਪੈਸੇ ਚਾਹੀਦੇ ਸੀ ਸਰ ਵੈਸੇ ਜੇਬ ਜੇਬ ਖਰਚਾ ਨਹੀਂ ਸੀ ਯਾਰ ਤੇ ਜੇਬ ਖਰਚੇ ਨਾਲ ਕੀ 8 ਲੱਖ ਰੁਪਇਆ ਅਗਰ ਹੁੰਦਾ ਕਿਸੇ ਦੇ ਦੇਣੇ ਸੀ ਪੈਸੇ ਨਾਲ ਕਿੰਨੇ 20,000 ਰੁਪਏ ਦੇਣੇ ਤੂੰ ਕੀ ਕਰਦਾ ਸੀ ਮੈਂ ਐ ਕਚਹਿਰੀ ਚ ਜੀ ਸਰ ਕਲਕ ਸੀ ਤੇ ਐ ਭਾਈ ਐ ਭਾਈ ਤੇ ਇਹਨਾਂ ਨਹੀਂ ਪਤਾ ਕੀ ਕੰਮ ਕਰਦਾ ਸੀ ਵੈਸੇ ਕਚਾਈ ਦੇ ਆਉਂਦਾ ਸੀ ਤੇ ਸਲੰਦ ਹੁੰਦੀ ਸੀ ਉਹਨੂੰ ਮਿਲਣ ਵਾਸਤੇ ਵਕੀਲਾਂ ਨੂੰ ਵੀ ਠੀਕ ਹੈ ਜਿੰਨਾ ਮੇਰੀ ਮੁਖਾਲਫਤ ਜਿਹਨੇ ਬਾਅਦ 'ਚ ਪੈਚਅਪ ਹੋ ਗਿਆ ਸੀ ਬਾਅਦ 'ਚ ਮਿਲਣ ਜਿਲ੍ਹਾ ਫੌਰੀ ਤੌਰ 'ਤੇ ਮਤਲਬ ਤੈਨੂੰ ਇਨਫੋਰਮੇਸ਼ਨ ਮਿਲੀ ਜੀ ਤੇ ਤੂੰ ਇੱਥੇ ਸ਼ਾਮ ਨਾਲ ਰਾਬਤਾ ਕੀਤਾ ਤੇ ਉਹ ਰੈਡੀ ਹੋ ਗਿਆ ਡਕੈਤੀ ਕਰਨ ਵਾਸਤੇ ਜੀ ਤੇ ਫਿਰ ਡਕੈਤੀ ਕਰ ਲਈ ਤੁਸੀਂ 16,000 ਰੁਪਇਆ ਲੈ ਲਿਆ ਬੰਦਾ ਵੀ ਕਤਲ ਹੋ ਗਿਆ ਨਹੀਂ ਸਰ ਕਤਲ ਨਹੀਂ ਆਇਆ ਸਾਡੇ ਕੋਲੋਂ ਨਹੀਂ ਆਇਆ ਜ਼ਖਮੀ ਹੋ ਗਿਆ ਜ਼ਖਮੀ ਵੀ ਨਹੀਂ ਅਸੀਂ ਸਰ ਕੀਤਾ ਉਹ ਕਿਹਨੇ ਕੀਤਾ ਮੋਟਰਸਾਈਕਲ ਬੈਠੇ ਉਹਨੇ ਰਾੜ ਮਾਰਿਆ
मैं मोसा घुमा लगा इन्ने फैर जरूर किया इन्ने किया जमीन से जमीन इन्हें फैर किया अभी मोटरसाइकिल बह के आ गए। अच्छा सानू सर यह भी नहीं पता कि उन्होंने फैर वजा कि नहीं वजा बंदा जख्मी भी होया कि नहीं होया अगले दिन की किता सो गया रात फिर अगला दिन आ गया फिर की कर दे फिर सर उस तो बाद अपनी ड्यूटी से जाना शुरू हुई लड़के अपने वकील ठीक है मिलता रहा इतने शाम को उस तो बाद तीन चार दफा मुलाकात होर कोई वारदात नहीं की तो पहले पहले यार मेरा पहले है यानी कि नहीं है पहले कीतियां ने लेकिन हालात वो भी नहीं मैं कीतियां वो भी एक याद दोस्त मोटरसाइकिल मेरी लैके गया सी उन्हें की थी वो नहीं फरिया गया उन्हें मैंने फरवाता मेरी मोटरसाइकिल यूज हुई सी ठीक है तो शुरू आप पेश हुआ जी सर लाहौर जम्पू दश मेरी लौटी वाल्टन जी सर ठीक।